ਬਹੁਤ ਨੁਕਸਾਨ ਹੁੰਦਾ ਜੀ, ਕਈ ਵਾਰੀ ਸਫਾਈਆਂ ਕਰਾਉਣੀਆਂ ਪੈਂਦੀਆਂ ਨੇ, ਇਹਨਾਂ ਨਾਲ ਗੰਦ ਚੜ੍ਹ ਜਾਂਦਾ, ਇੱਕ ਦਿਨ ਪੂਰਾ ਲੱਗ ਜਾਂਦਾ ਪਾਣੀ ਉਤਰਨ 'ਤੇ ਜੀ। ਰਿਕਾਰਡ ਕਈ ਵਾਰੀ ਖਰਾਬ ਹੋਇਆ ਜੀ, ਬਹੁਤ ਗਲਿਆ ਪਿਆ ਜੀ, ਬਾਹਰਲਾ ਪਾਣੀ ਜ਼ਿਆਦਾ ਮਾਰ ਕਰਦੇ ਜੀ ਦਫ਼ਤਰ ਨੂੰ, ਫਿਰ ਪਾਣੀ ਦੋ ਦੋ ਚਾਰ ਚਾਰ ਫੁੱਟ ਪਾਣੀ ਹੋ ਜਾਂਦਾ ਜੀ ਅੰਦਰ, ਬੁਰਾ ਹਾਲ ਜੀ, ਟੇਬਲਾਂ ਦੇ ਉੱਪਰ ਪਾਣੀ, ਰਿਕਾਰਡ ਖਰਾਬ ਹੁੰਦਾ ਜੀ, ਇੰਨਾ ਇੰਨਾ ਪਾਣੀ ਚੜ੍ਹ ਜਾਂਦਾ ਜੀ, ਦੋ ਦੋ ਦਿਨ ਲੱਗ ਜਾਂਦੇ ਉਤਰਨ 'ਤੇ ਜੀ। ਐਕਸ਼ਨ ਸਾਹਿਬ ਨੇ ਸਾਡੇ ਇਹ ਗੇਟ ਲਵਾਏ ਨੇ ਵੀ ਅੱਗੇ ਰਿਕਾਰਡ ਨਾ ਭੇਜੇ, ਪਰ ਅਸੀਂ ਫਿਰ ਦੁਬਾਰਾ ਇਹੀ ਬੇਨਤੀ ਕਰਦੇ ਹਾਂ ਵੀ ਇਹ ਸਰਕਾਰ ਨੂੰ ਕਹੇ ਨਾ ਜੀ, ਇਹ ਪਾਣੀ ਦਾ ਹੱਲ ਕੀਤਾ ਜਾਵੇ। ਮੌਸਮ ਵਿਭਾਗ ਦੇ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਆ ਕਿ ਪੰਜਾਬ ਦੇ ਵਿੱਚ ਵੀ ਇਸ ਵਾਰ ਭਾਰੀ ਮੀਂਹ ਪੈਣਗੇ, ਪਰ ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਵਿੱਚ ਵੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਹੇ ਨੇ ਅਤੇ ਸੰਗਰੂਰ ਜਲ ਥਲ ਹੋਇਆ। ਤੁਹਾਨੂੰ ਵਾਟਰ ਸਪਲਾਈ ਦਫ਼ਤਰ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ, ਤੁਸੀਂ ਵੇਖ ਸਕਦੇ ਹੋ ਕਿ ਪਾਣੀ ਤੋਂ ਬਚਣ ਦੇ ਲਈ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨੇ। ਇੱਕ ਲੋਹੇ ਦੀ ਚਾਦਰ ਆ, ਲੋਹੇ ਦੀ ਚਾਦਰ ਨੂੰ ਇਸ ਦੇ ਵਿੱਚ ਫਸਾ ਦਿੱਤਾ ਗਿਆ ਕਿ ਇਸ ਦੇ ਅੱਗੇ ਜੇਕਰ ਪਾਣੀ ਵੱਧਦਾ ਤਾਂ ਅੰਦਰ ਦਫ਼ਤਰ ਦੇ ਵਿੱਚ ਪਾਣੀ ਨਾ ਵੜ ਜਾਏ। ਜਿੰਦੇ ਵੀ ਲਗਾਏ ਗਏ ਨੇ ਕਿ ਕੋਈ ਵੀ ਵਿਅਕਤੀ ਇਸ ਨੂੰ ਜੇਕਰ ਚੱਕਣ ਦੀ ਕੋਸ਼ਿਸ਼ ਕਰਦਾ ਤਾਂ ਇਹ ਨਾ ਚੱਕਿਆ ਜਾਵੇ। ਅਤੇ ਦੂਸਰੇ ਪਾਸੇ ਜੇਕਰ ਛੋਟੇ ਗੇਟ ਦੀ ਗੱਲ ਕੀਤੀ ਜਾਵੇ ਤਾਂ ਛੋਟੇ ਗੇਟ ਇੱਟਾਂ ਪੱਕੇ ਤੌਰ 'ਤੇ ਇੱਕ ਦੀਵਾਰ ਖਿੱਚ ਦਿੱਤੀ ਗਈ ਆ ਕਿ ਜੇਕਰ ਪੌਸ਼ ਏਰੀਆ ਆਖਿਆ ਜਾਂਦਾ, ਵੈਸੇ ਇਸ ਨੂੰ ਪੌਸ਼ ਏਰੀਆ ਰਣਬੀਰ ਕਲੱਬ ਆ, ਤਕਰੀਬਨ ਜੇਕਰ ਗੱਲ ਕੀਤੀ ਜਾਵੇ ਤਾਂ ਸਾਰੇ ਅਫਸਰ ਸਹਿਬਾਨ ਇਸੇ ਜਗ੍ਹਾ ਦੇ ਉੱਤੇ ਮੌਜੂਦ ਨੇ, ਚਾਹੇ ADC ਹੋਣ, SDM ਹੋਣ ਅਤੇ ਕਈ ਅਫਸਰ ਸਹਿਬਾਨ ਇਸੇ ਰਣਬੀਰ ਕਲੱਬ ਦੇ ਵਿੱਚ ਰਹਿੰਦੇ ਨੇ, ਪਰ ਇੱਥੇ ਕਈ ਕਈ ਫੁੱਟ ਪਾਣੀ ਖੜ੍ਹ ਜਾਂਦਾ, ਜਿਸ ਤੋਂ ਬਚਣ ਦੇ ਲਈ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੇ ਵੱਲੋਂ ਪੱਕੇ ਤੌਰ ਦੇ ਉੱਤੇ ਕੰਧਾਂ ਖਿੱਚ ਦਿੱਤੀਆਂ ਗਈਆਂ ਨੇ। ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਲੋਹੇ ਦੀ ਚਾਦਰ ਆ ਉਹ ਫਿਕਸ ਕਰ ਦਿੱਤੀ ਗਈ ਆ, ਤਰੀਕਾ ਵਰਤਿਆ ਗਿਆ ਕਿ ਜੇਕਰ ਗੱਡੀ ਕੱਢਣੀ ਆ ਤਾਂ ਇਸ ਨੂੰ ਚੱਕ ਦੇਣਗੇ, ਜਿੰਦੇ ਖੋਲ੍ਹ ਦੇਣਗੇ, ਜੇਕਰ ਬਾਰਿਸ਼ ਆਉਂਦੀ ਆ ਮੀਂਹ ਦਾ ਪਾਣੀ ਅੰਦਰ ਵੜਨ ਦੀ ਕੋਸ਼ਿਸ਼ ਕਰਦਾ ਤਾਂ ਇਸ ਨੂੰ ਇਸ ਤਰ੍ਹਾਂ ਹੀ ਲਗਾ ਦਿੱਤਾ ਜਾਊਗਾ। ਬਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਮੌਸਮ ਵਿਭਾਗ ਦੇ ਵੱਲੋਂ ਵੀ ਸੁਚੇਤ ਕੀਤਾ ਜਾ ਰਿਹਾ, ਪਰ ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਜਲ ਥਲ ਹੋ ਜਾਂਦਾ, ਹਮੇਸ਼ਾ ਜਲ ਥਲ ਹੋ ਜਾਂਦਾ। ਅਤੇ ਰਣਬੀਰ ਕਲੱਬ ਦੀ ਗੱਲ ਕੀਤੀ ਜਾਵੇ ਤਾਂ ਚਾਰ ਪੰਜ ਫੁੱਟ ਪਾਣੀ ਇਸੇ ਜਗ੍ਹਾ ਦੇ ਉੱਤੇ ਇਕੱਠਾ ਹੋ ਜਾਂਦਾ ਅਤੇ ਨਿਕਲਣ ਦੇ ਲਈ 1-2 ਦਿਨ ਲੱਗ ਜਾਂਦੇ ਨੇ, ਸਮਾਂ ਲੱਗ ਜਾਂਦਾ। ਪਰ ਉੱਥੇ ਹੀ ਇਸ ਰਣਬੀਰ ਕਲੱਬ ਦੇ ਵਿੱਚ ਦਫ਼ਤਰ ਵੀ ਨੇ ਕਈ, ਪਰ ਉੱਥੇ ਹੀ ਵਾਟਰ ਸਪਲਾਈ ਦਾ ਜੋ ਦਫ਼ਤਰ ਆ ਉਹਨਾਂ ਨੇ ਪਾਣੀ ਤੋਂ ਬਚਣ ਦੇ ਲਈ ਆਪਣੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ। ਇਸੇ ਤਰ੍ਹਾਂ ਦੇ ਇੰਤਜ਼ਾਮ ਅਜੀਤ ਨਗਰ ਬਸਤੀ ਦੇ ਵਿੱਚ ਕਈ ਘਰਾਂ ਦੇ ਵੱਲੋਂ ਵੀ ਕੀਤੇ ਗਏ ਨੇ, ਉਹਨਾਂ ਦੇ ਵੱਲੋਂ ਵੀ ਘਰ ਨੀਵੇਂ ਹੋਣ ਦੇ ਕਾਰਨ ਪਾਣੀ ਜ਼ਿਆਦਾ ਵੱਧ ਜਾਂਦਾ, ਉਹਨਾਂ ਦੇ ਵੱਲੋਂ ਵੀ ਇਸੇ ਤਰ੍ਹਾਂ ਦੀਵਾਰਾਂ ਖਿੱਚੀਆਂ ਗਈਆਂ ਨੇ। ਅਧਿਕਾਰੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰ ਲੈਣੇ। ਕੀ ਨਾਮ ਵੀਰੇ? ਰਾਜ ਕੁਮਾਰ ਹੈ ਜੀ। ਰਿਕਾਰਡ ਵੀ ਖਰਾਬ ਹੋ ਜਾਂਦੇ ਜੀ, 3-3 4-4 ਫੁੱਟ ਪਾਣੀ ਆਏ ਸਾਲ ਵੜਦਾ ਜੀ ਦਫ਼ਤਰ ਦੇ ਵਿੱਚ, ਬਹੁਤ ਨੁਕਸਾਨ ਹੁੰਦਾ ਜੀ, ਕਈ ਵਾਰੀ ਸਫਾਈਆਂ ਕਰਾਉਣੀਆਂ ਪੈਂਦੀਆਂ ਨੇ, ਇਹਨਾਂ ਨਾਲ ਗੰਦ ਚੜ੍ਹ ਜਾਂਦਾ, 1 ਦਿਨ ਪੂਰਾ ਲੱਗ ਜਾਂਦਾ ਪਾਣੀ ਉਤਰਨ 'ਤੇ ਜੀ। ਰਿਕਾਰਡ ਕਈ ਵਾਰੀ ਖਰਾਬ ਹੋਇਆ ਜੀ, ਬਹੁਤ ਗਲਿਆ ਪਿਆ ਜੀ।
ਕੁਰਸੀਆਂ ਦੇਖ ਰਿਹਾ ਕਿ ਦਫ਼ਤਰ ਬਹੁਤ ਨੀਵਾਂ ਲਗਾਤਾਰ ਢਲਾਣ ਉੱਧਰ ਨੂੰ ਜਾ ਰਹੀ ਹੈ, ਉਹਨੂੰ ਜਾਂਦਾ ਜੀ ਬਾਹਰਲਾ ਪਾਣੀ ਜੀ, ਕੁਰਸੀਆਂ ਦੇ ਉੱਪਰ ਟੇਬਲਾਂ ਦੇ ਉੱਪਰ ਵੀ ਪਾਣੀ ਚੜਨ ਵਾਲਾ ਹੋ ਜਾਂਦਾ ਜੀ, ਇੰਨਾ ਇੰਨਾ ਪਾਣੀ ਜਾਂਦਾ ਜੀ, ਪੂਰਾ ਸਮਾਂ ਲੱਗ ਜਾਂਦਾ ਜੀ ਇਹਨੂੰ ਉਤਰਨ 'ਤੇ, 2 ਦਿਨ ਲੱਗ ਜਾਂਦੇ ਨੇ, ਅੰਦਰ ਬੋਰ ਵੈਲ ਵੀ ਕਰਾਇਆ ਹੋਇਆ ਜੀ, ਉਹ ਵੀ ਨਹੀਂ ਪਾਣੀ ਉੱਠਦਾ ਕਿਉਂਕਿ ਬਾਹਰਲਾ ਪਾਣੀ ਵੜ ਜਾਂਦਾ ਜੀ ਅੰਦਰ, ਅੰਦਰਲਾ ਪਾਣੀ ਤਾਂ ਬੋਰਵੈਲ ਖਿੱਚ ਲੈਂਦਾ ਜੀ, ਜਿਹੜਾ ਬਾਹਰਲਾ ਪਾਣੀ ਛਿੜਕਦਾ ਪੜਦਾ ਜੀ ਉਹ ਜ਼ਿਆਦਾ ਖਰਾਬ ਕਰਦਾ ਜੀ। ਕੀ ਆਪਣੇ ਪੱਧਰ 'ਤੇ ਸਾਰਾ ਕੁਛ ਕੀਤਾ ਗਿਆ? ਹਾਂ ਜੀ, ਆਪਦੇ ਦਫ਼ਤਰ ਪੱਧਰ 'ਤੇ ਕਰਿਆ ਜੀ, ਐਕਸ਼ਨ ਨੇ ਕਰਵਾਇਆ ਜੀ ਵੀ ਪਾਣੀ ਦੀ, ਚੱਲ ਬਾਹਰਲਾ ਪਾਣੀ ਤਾਂ ਬੱਚਤ ਹੋ ਜਾਏ ਜੀ, ਅੰਦਰਲਾ ਪਾਣੀ ਤਾਂ ਚੱਲ ਬੋਰਵੈਲ ਖਿੱਚ ਲੈਂਦਾ ਜੀ ਆਪਣਾ, ਵੀ ਬਾਹਰਲਾ ਪਾਣੀ ਜ਼ਿਆਦਾ ਮਾਰ ਕਰਦਾ ਜੀ ਦਫ਼ਤਰ ਨੂੰ, ਫਿਰ ਪਾਣੀ 2-2, 4-4 ਫੁੱਟ ਪਾਣੀ ਹੋ ਜਾਂਦਾ ਜੀ ਅੰਦਰ, ਬੁਰਾ ਹਾਲ ਜੀ, ਟੇਬਲਾਂ ਦੇ ਉੱਪਰ ਪਾਣੀ ਰਿਕਾਰਡ ਖਰਾਬ ਹੁੰਦਾ ਜੀ, ਇੰਨਾ ਇੰਨਾ ਪਾਣੀ ਚੜ ਜਾਂਦਾ ਜੀ, 2-2 ਦਿਨ ਲੱਗ ਜਾਂਦੇ ਨੇ ਉਤਰਨ ਦੇ ਜੀ, ਕਰੰਟ ਦਾ ਵੀ ਡਰ ਰਹਿੰਦਾ ਜੀ, ਕੰਧਾਂ 'ਚ ਕਰੰਟ ਆ ਜਾਂਦਾ ਜੀ, ਬਹੁਤ ਖਤਰੇ ਵਾਲੀ ਗੱਲ ਹੈ ਜੀ ਇਹ ਸਾਡੇ ਪਾਸ ਜੀ। ਬਿਲਕੁਲ ਵੀਰ ਦਾ ਕਹਿਣਾ ਸਾਨੂੰ ਔਖਾ ਹੈ ਜੀ, ਕੰਮ ਕਰਨਾ ਵੀ ਔਖਾ ਹੈ ਜੀ, ਰੋਜ਼ ਇਹ ਜਰ ਲੱਗ ਜਾਂਦੀ ਹੈ ਜੀ, ਬਹੁਤ ਔਖਾ ਹੈ, ਹੱਥ ਪੈਰ ਵੱਢਦਾ ਜੀ, ਭਾਰੀ ਹੈ ਜੀ, 2 ਜਣੇ ਚੱਕ ਕੇ ਲਾਉਂਦੇ ਹਾਂ ਜੀ ਇਹਨੂੰ, ਇਹਦਾ ਵੀ ਉਹ ਸਮੱਸਿਆ ਹੈ ਜੀ ਸਾਨੂੰ, ਸਮੱਸਿਆ। ਹਾਂ ਜੀ, ਮੇਰਾ ਨਾਮ ਸਰ ਲੱਖਾ ਸਿੰਘ ਹੈ ਜੀ। ਲੱਖਾ ਜੀ, ਇੱਥੇ ਨੌਕਰੀ ਕਰਦੇ ਹੋ? ਹਾਂ ਜੀ, ਮੈਂ ਬਾਹਰ ਸਪਲਾਈ ਸੈਨੀਟੇਸ਼ਨ ਦੇ ਵਿੱਚ ਨੌਕਰੀ ਕਰਦਾ ਜੀ, ਨਾਈਟ ਡਿਊਟੀ ਜੀ, ਅਤੇ ਇਸ ਤੁਹਾਡੇ ਮੀਡੀਆ ਦਾ, ਸਾਰੇ ਟੀਮ ਦਾ ਧੰਨਵਾਦ ਜੀ। ਇਹ ਜੋ ਪਾਣੀ ਆ ਸਾਡੇ ਸਾਰੇ ਦਫ਼ਤਰ ਦੇ ਵਿੱਚ ਵੜ ਜਾਂਦਾ ਜੀ ਆ ਕੇ, ਅਤੇ ਸਾਡਾ ਸਾਰਾ ਰਿਕਾਰਡ ਭੇਜ ਜਾਂਦਾ ਜੀ, ਐਕਸ਼ਨ ਸਾਹਿਬ ਨੇ ਸਾਡੇ ਇਹ ਗੇਟ ਲਵਾਏ ਨੇ ਵੀ ਅਗਰ ਰਿਕਾਰਡ ਨਾ ਭੇਜੇ, ਪਰ ਅਸੀਂ ਫਿਰ ਦੁਬਾਰਾ ਇਹੀ ਬੇਨਤੀ ਕਰਦੇ ਹਾਂ ਵੀ ਇਹ ਸਰਕਾਰ ਨੂੰ ਕਹੇ ਨੇ ਜੀ ਇਹ ਪਾਣੀ ਦਾ ਹੱਲ ਕੀਤਾ ਜਾਵੇ, ਕਿਉਂਕਿ ਇੱਥੇ ਜਿੰਨੇ ਵੀ ਸਰਕਾਰੀ ਮੁਲਾਜ਼ਮ ਸਾਹਿਬਾਨ ਰਹਿੰਦੇ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਸ ਦਾ ਜਲਦ ਤੋਂ ਜਲਦ ਹੱਲ ਕਰਾਇਆ ਜਾਵੇ, ਅਤੇ ਸਾਡੀ ਇਹੀ ਬੇਨਤੀ ਹੈ ਤੁਹਾਡੇ ਅੱਗੇ ਜੀ। ਅੱਖਾ ਜੀ, ਜੇਕਰ ਗੱਲ ਕੀਤੀ ਜਾਵੇ ਰਣਵੀਰ ਕਲੱਬ ਆ ਪੌਸ ਏਰੀਆ, ਕਿੰਨੇ ਕਿੰਨੇ ਫੁੱਟ ਪਾਣੀ ਆ ਜਾਂਦਾ? ਸਰ ਇੱਥੇ ਪਾਣੀ ਘੱਟੋ ਘੱਟ 7-7-8-8 ਫੁੱਟ ਪਾਣੀ ਆ ਜਾਂਦਾ ਜੀ, ਕਿਉਂਕਿ ਬਹੁਤ ਜ਼ਿਆਦਾ ਮਾਰ ਕਰਦਾ ਪਾਣੀ ਜੀ, ਇਹ ਪਾਣੀ ਮਤਲਬ ਪੈਂਟਾਂ ਲਾ ਕੇ ਮੋਢੇ 'ਤੇ ਟੰਗਣੀਆਂ ਪੈਂਦੀਆਂ ਨੇ ਜੀ ਤਾਂ ਅੰਦਰ ਆਇਆ ਜਾਂਦਾ ਜੀ, ਅਤੇ ਗੱਡੀਆਂ ਸਾਧ ਸਾਡੇ ਦੂਰ ਖੜ੍ਹੇ ਹੁੰਦੇ ਨੇ, ਬੱਸ ਅੱਡੇ ਕੋਲ ਖੜ੍ਹੇ ਹੁੰਦੇ ਨੇ ਤਾਂ ਉੱਥੋਂ ਤੁਰ ਕੇ ਸਾਰੇ ਆਉਂਦੇ ਨੇ ਜੀ, ਇਸ ਕਰਕੇ ਪਾਣੀ ਦੇ ਕਾਰਨ ਅਸੀਂ ਦੁਬਾਰਾ ਇਹੀ ਗੱਲ ਰਿਪੀਟ ਕਰਦੇ ਹਾਂ ਜੀ ਵੀ ਇਹ ਵੱਧ ਤੋਂ ਵੱਧ ਜਿੰਨੇ ਵੀ ਇਸ ਨੂੰ ਲਾਇਕ ਕਰਨ ਇਸ, ਅਤੇ ਇਸ ਦੇ ਵਿੱਚ ਅਸੀਂ ਇਹ ਸਹਿਯੋਗ ਦੇਣ ਸਾਡਾ ਵੀ ਇਹ ਪਾਣੀ ਦਾ ਹੱਲ ਕੀਤਾ ਜਾਵੇ, ਅਤੇ ਸਾਨੂੰ ਇਹੀ ਬੇਨਤੀ ਹੈ ਦੁਬਾਰਾ। ਦੇਖੋ ਜੀ, ਮੁਸ਼ਕਲ ਨਹੀਂ ਆਉਂਦੀ, ਰੋਜ਼ ਫਾਟਕ ਲਾਉਣਾ ਚੱਕਣਾ ਭਾਰੀ ਵੀ ਹੋਊਗਾ? ਇਹ ਜੀ ਸਰ, ਇਹ ਸਾਡੇ ਕਿਹੜਾ ਜੀ, ਮੇਰੇ ਇੱਥੇ ਪੈਰ 'ਤੇ ਵੱਜਿਆ ਸੀ, ਤੁਹਾਨੂੰ ਤਾਂ ਦਿਖਾ ਵੀ ਦਿੰਦਾ ਯਾਰ, ਦੇਖੋ ਇੱਥੇ ਮੇਰੇ ਪੈਰ 'ਤੇ ਵੱਜਿਆ ਸੀ ਜੀ ਇਹ, ਪਰ ਅਸੀਂ ਇਹਨੂੰ ਚੱਕਦੇ ਹਾਂ ਡੇਲੀ ਧਰਦੇ ਹਾਂ, ਠੀਕ ਹੈ ਜੀ, ਪਾਣੀ ਦਾ ਕੀ ਪਤਾ ਮੀਂਹ ਕਦੋਂ ਆ ਜਾਏ ਜੀ, ਹੈ ਨਾ ਜੀ, ਅਤੇ ਗਾਹਕ ਤਾਂ ਕਹਿੰਦੇ ਨੇ ਮੌਤ ਦਾ ਕੋਈ ਪਤਾ ਨਹੀਂ ਕਦੋਂ ਆ ਜਾਏ, ਹੈ ਨਾ ਜੀ, ਇਸ ਕਰਕੇ ਤਾਂ ਹੀ ਅਸੀਂ ਕਹਿੰਦੇ ਵੀ ਇਹ ਚੀਜ਼ ਦਾ ਵੀ ਅਸੀਂ ਚੱਕਦੇ ਹਾਂ ਰੋਜ਼ ਡੇਲੀ ਧਰਦੇ ਹਾਂ ਜੀ, ਇਹ ਤਿੱਖਾ ਆਉਂਦਾ ਹੇਠੋਂ ਲੱਤ ਦੀ ਬਚ ਸਕਦੇ ਜੀ, ਪਰ ਅਸੀਂ ਤਾਂ ਰੋਜ਼ ਪਾਣੀ ਦੇ ਕਾਰਨ ਇਸ ਦੇ ਵੀ ਸਾਡਾ ਰਿਕਾਰਡ ਨਾ ਭੇਜੇ, ਇਸ ਕਰਕੇ ਅਸੀਂ ਇਹਨੂੰ ਲਾਉਂਦੇ ਹਾਂ ਜੀ ਡੇਲੀ ਜੀ। ਬਿਲਕੁਲ, ਤੁਸੀਂ ਮੁਲਾਜ਼ਮਾਂ ਨੂੰ ਸੁਣਿਆ, ਜਿਹਨਾਂ ਨੇ ਆਖਿਆ ਕਿ ਜਦੋਂ ਮੀਂਹ ਪੈਂਦੇ ਨੇ ਬਾਰਿਸ਼ਾਂ ਹੁੰਦੀਆਂ ਤਾਂ ਜਿੱਥੇ ਗਰਮੀ ਤੋਂ ਰਾਹਤ ਆ ਲੋਕਾਂ ਨੂੰ ਮਿਲਦੀ ਆ, ਪਰ ਇਹਨਾਂ ਦੀ ਜਾਨ ਦੇ ਉੱਤੇ ਬਣ ਪੈਂਦੀ ਆ। ਬਿਲਕੁਲ ਵੀਰ ਦਾ ਕਹਿਣਾ ਕਿ ਜੋ ਭਾਰੀ ਆ ਟੀਨ ਚਾਦਰ ਦਾ ਲਗਾਇਆ ਗਿਆ, ਇੱਕ ਦੀਵਾਰ ਬਣਾਈ ਗਈ ਆ ਵੀ ਪਾਣੀ ਅੰਦਰ ਦਾਖਲ ਨਾ ਹੋਵੇ, ਇਹਨਾਂ ਦਾ ਕਹਿਣਾ ਕਿ ਜਦੋਂ ਬਾਰਿਸ਼ ਹੁੰਦੀ ਆ ਰਣਵੀਰ ਕਲੱਬ ਦੇ ਵਿੱਚ 4-4, 5-5 ਫੁੱਟ ਜਦੋਂ ਪਾਣੀ ਇਕੱਠਾ ਹੋ ਜਾਂਦਾ ਤਾਂ ਇਹਨਾਂ ਦੇ ਦਫ਼ਤਰ ਅੰਦਰ ਵੜ ਜਾਂਦਾ, ਟੇਬਲਾਂ ਤੱਕ ਉਹ ਪਾਣੀ ਪਹੁੰਚ ਜਾਂਦਾ ਅਤੇ ਰਿਕਾਰਡ ਵੀ ਖਰਾਬ ਹੋ ਜਾਂਦਾ, ਜਿਸ ਤੋਂ ਤਹਿਤ ਇਹਨਾਂ ਨੇ ਆਪਣੇ ਪੱਧਰ ਦੇ ਉੱਤੇ ਚਾਹੇ ਦੀਵਾਰ ਖਿੱਚੀ ਆ ਜਾਂ ਫਿਰ ਅਜਿਹਾ ਲੋਹੇ ਦੀ ਚਾਦਰ ਲਾ ਕੇ ਪਾਣੀ ਤੋਂ ਬਚਣ ਦੀ ਇੱਕ ਕੋਸ਼ਿਸ਼ ਕੀਤੀ ਗਈ ਆ। ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ, ਲਿਵਿੰਗ ਇੰਡੀਆ, ਸਿੰਗਰੋ।